मेरा तो इरादा वा हाँ कि जी आप जाके करी मिल के आईए कुड़ी नूं कित्थे मिल जाना कॉलेज चल जाने आ वो नहीं भरा डैडी जी बैठे जी गल करनी ही जो बने एक डैडी गल की करनी है गल मैं करनी ही कि मैं चलो काम तो सारे वधिया हो गए कल तो जे मैं एक करी गल हो जाती कुड़ी ना तो कुड़ी ना गल कारी गल करनी उतो तो उठ के आ गया डैडी गुस्से हो रहा वा डैडी उठ के क्यों भाजी गल तो मेरी को मननी नहीं तुम मम्मी जी जिथों तक मेरी सलाह है ना तो मेरा तो इरादा है भी जुबनवीर ना मिलन देना चाहिए आ रमने की करन दी आ करना मैं की आ कुड़ी नूं सवेरे मैं कहा सी वी मीं आउण दिया वा चुल्हा ढक दे उहनें चुल्हे वल ध्यान ही नहीं दित्ता हुण ओह ढक्कण लई भी रात नूं रोटी पाणी बणाउणा कि नहीं ओह मेरी गल सुण न्याणी आ नहीं वी चेता रिहा हुणा नूं ते ओह इह गल्लां छड्ड मेरी गल सुण जदों ठाका ठूका लग गया सी ते मुंडे दी मां फिर इहदे लागे जोत लागे आ गई की कहिंदी सी ओह कहिणा उहने की आ साडे ते ना चढ़ो खती कीती उहने जदों उहने शगन इक वारां कुड़ी नूं देता सी ते दोहरे पैसे देण क्यों आई ਇਹ ਦੱਸਣ ਦੀ ਸਾਨੂੰ ਵੀ ਸਾਡੇ ਕੋਲ ਪੈਸੇ ਜ਼ਿਆਦੇ ਆ ਫਿਰ ਪੈਸੇ ਦੇ ਕੇ ਗਈ ਸੀ ਸਾਨੂੰ ਨੀਵਾਂ ਵਿਖਾਲਣ ਦਾ ਕਰਕੇ ਉਹਨੇ ਇਹ ਕੰਮ ਕੀਤਾ ਵਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਇਹੋ ਜਿਹੇ ਕੰਮ ਨਾ ਕਰਨੇ ਆ ਉਹ ਰਮਨ ਇਹੋ ਜਿਹੀਆਂ ਗੱਲਾਂ ਤੇਰੇ ਦਿਮਾਗ ਦੇ ਵਿੱਚ ਉਦਾਂ ਉਹਨਾਂ ਨੇ ਪਿਆਰ ਦਿੱਤਾ ਹੋਣਾ ਕੁੜੀ ਨੂੰ ਤੇ ਪਿਆਰ ਇੱਕ ਵਾਰ ਹੁੰਦਾ ਘੜੀ ਘੜੀ ਹੁੰਦਾ ਵਾ ਚੱਲ ਹੁੰਦਾ ਹੀ ਆ ਵੀ ਜਾਣ ਲੱਗਿਆ ਫਿਰ ਦੇ ਹੀ ਦਿੰਦੇ ਆ ਤੁਸੀਂ ਤੇ ਨਾ ਉਹਨਾਂ ਦੀ ਸਾਰੀ ਗੱਲ ਕਰੀ ਜਾਣੀ ਆ ਜਿਹੜੀ ਮੈਂ ਗੱਲ ਕਹਿਣੀ ਆ ਤੁਹਾਨੂੰ ਗਲਤੀ ਲੱਗਣੀ ਵੀ ਤੂੰ ਗਲਤੀ ਕਹਿਣ ਡਈ ਤੂੰ ਗੱਲ ਸਹੀ ਕਰਦੀ ਕੋਈ ਨਹੀਂ ਤੇ ਇਹ ਤੇ ਨਾ ਪੂਰੇ ਉਹਨਾਂ ਵੱਲ ਦੀ ਗੱਲ ਕਰਦੇ ਆ ਤੇ ਚੜੋ ਖਤੀ ਕੀਤੀ ਉਹਨੇ 5000 ਰੁਪਇਆ ਫਿਰ ਫੜਾ ਗਈ ਵੀ ਸਾਡੇ ਕੋਲ ਪੈਸੇ ਜੀ ਬੜੇ ਆ ਸਾਨੂੰ ਗਰੀਬ ਦੱਸਣ ਦੇ ਨਾ ਵੀ ਤੁਸੀਂ ਗਰੀਬ ਜੇ ਤੁਸੀਂ ਮੁੰਡੇ ਨੂੰ ਪੈਸੇ ਘੱਟ ਦਿੱਤੇ ਆ ਤੇ ਮੈਂ ਕੁੜੀ ਨੂੰ ਵੱਧ ਦਿੱਤੇ ਆ ਕੋਈ ਗੱਲ ਨਹੀਂ ਕਿਤੇ ਫਿਰ ਤੇਰੇ ਨਾਲ ਗੱਲ ਕਰੂੰਗੀ ਹਾਏ ਕਿਉਂ ਕੀ ਗੱਲ ਹੋ ਗਈ ਬੜੀ ਥੱਕੀ ਜੇ ਖੁਸ਼ੀਆਂ ਵਾਲਾ ਕੰਮ ਕਰਕੇ ਆਏ ਆ ਉਹ ਥੱਕੇ ਜੇ ਯਾਰ ਮੈਂ ਜੋਬਨ ਵਾਲਾ ਵੇਖ ਕੇ ਆਉਂ ਡਿਆ ਕਿਉਂ ਉਹ ਜੋਬਨ ਖੁਸ਼ ਨਹੀਂ ਲੱਗਣ ਡਿਆ ਮੈਨੂੰ ਜੋਬਨਵੀਰ ਜੀ ਬੜੇ ਖੁਸ਼ ਸੀ ਤੁਹਾਨੂੰ ਲੱਗਣ ਡਿਆ ਵਾ ਉਹ ਤੈਨੂੰ ਖੁਸ਼ ਲੱਗਣ ਡਿਆ ਸੀ ਨਾ ਮੇਰਾ ਭਰਾ ਵਾ ਮੈਨੂੰ ਪਤਾ ਉਹਨਾਂ ਦਾ ਉਹ ਨਹੀਂ ਨਹੀਂ ਵੈਸੇ ਤੁਹਾਨੂੰ ਲੱਗਣ ਡਿਆ ਵਾ ਪੁੱਛ ਲਿਓ ਭਾਈ ਮੰਮੀ ਹੁਣਾਂ ਨੂੰ ਵੀ ਕੁੜੀ ਕਿੰਨੀ ਸੋਹਣੀ ਲੱਗਣ ਦੀ ਸੀ ਨਾਲੇ ਕੋਈ ਗੱਲ ਨਹੀਂ ਹੁਣ ਲੱਗ ਗਿਆ ਠਾਕਾ ਹੁਣ ਕੀ ਹੋ ਕੋਈ ਨਹੀਂ ਉਹਨੇ ਬੋਲਣ ਵੀ ਲੱਗ ਪੈਣਾ ਵਾ ਚਲੋ ਉਹ ਤਾਂ ਕੀਤੀ ਹੈ ਡੈਡੀ ਨੇ ਗੱਲ ਮੈਨੂੰ ਤਾਂ ਬੜੀ ਸੋਹਣੀ ਲੱਗੀ ਆ ਸਿੰਪਲ ਜੀ ਹੀ ਕਿੰਨੀ ਸੋਹਣੀ ਲੱਗਣ ਦੀ ਉਹ ਯਾਰ ਤੂੰ ਗੁੱਸਾ ਕਿਉਂ ਕਰਨ ਡਿਆ ਵਾ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਇਕੱਠੇ ਹੁੰਦੇ ਹਾਂ ਫਿਰ ਕਰ ਲਾਂਗੇ ਪਾਰਟੀ ਉਹ ਭਰਾ ਸੀ ਤਾਂ ਠਾਕਾ ਹੀ ਲੱਗਾ ਵਾ ਵਿਆਹ ਜੇ ਹੋਣਾ ਵਾ ਉਹ ਪਤਾ ਗੱਲ ਕੀ ਸੀ ਇੱਧਰੋਂ ਵੀ ਥੋੜ੍ਹੀ ਜੀ ਗਏ ਹਾਂ ਆਪਾਂ ਅਤੇ ਉੱਧਰੋਂ ਵੀ ਉਹ ਥੋੜ੍ਹੇ ਹੀ ਆਏ ਸੀਗੇ ਘਰ ਦੇ ਜੀ ਸੀਗੇ ਹਾਂ ਨਹੀਂ ਨਹੀਂ ਫਿਰ ਬਹੁਤੇ ਜੀ ਇਕੱਠੇ ਨਹੀਂ ਨਾ ਕੀਤੇ ਗੁਰਦੁਆਰਾ ਸਾਹਿਬ 'ਤੇ ਪ੍ਰੋਗਰਾਮ ਸੀਗਾ ਬਾਕੀ ਕੋਈ ਗੱਲ ਤੂੰ ਫਿਕਰ ਨਾ ਕਰ ਹੁੰਦੇ ਹਾਂ ਇਕੱਠੇ ਫਿਰ ਕਰ ਲਾਂਗੇ ਪਾਰਟੀ ਹਾਂ ਅਤੇ ਨਾਲੇ ਮੇਰੀ ਗੱਲ ਸੁਣ ਹੋਰ ਨਾ ਯਾਰ ਕਿਸੇ ਨੂੰ ਦੱਸੀ ਆਹ ਕੀ ਦੱਸਣਾ ਹੁੰਦਾ ਯਾਰ ਕੋਈ ਗੱਲ ਨਹੀਂ ਹੈ ਹਾਂ ਕੋਈ ਨਹੀਂ ਮਿਲਦੇ ਫਿਰ ਕਿਸੇ ਦਿਨ ਹੈ ਠੀਕ ਆ ਠੀਕ ਓਕੇ ਲੈ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵਾ ਯਾਰ ਕੰਮ ਤਾਂ ਸਾਰੇ ਵਧੀਆ ਹੋ ਗਏ ਕੱਲ੍ਹ ਪਰ ਇੱਕ ਕੰਮ ਰਹਿ ਗਿਆ ਵਾ ਜੇ ਕਿਤੇ ਕੁੜੀ ਨਾਲ ਘੜੀ ਗੱਲ ਹੋ ਜਾਂਦੀ ਨਾ ਉਹਦਾ ਸੁਭਾਅ ਦਾ ਪਤਾ ਲੱਗ ਜਾਂਦਾ ਵੀ ਕਿੱਦਾਂ ਦਾ ਸੁਭਾਅ ਵਾ ਅਜੇ ਤਾਂ ਅਣਜਾਣ ਹੀ ਆ ਮੇਰੇ ਵਾਸਤੇ ਉਹ ਇਕੱਲਾ ਡਿਆ ਗੱਲਾਂ ਕਰਨ ਕੀ ਗੱਲ ਹੋਈ ਆ ਉਹ ਨਹੀਂ ਨਹੀਂ ਉੱਦਾਂ ਹੀ ਖਲੋਤਾ ਇੱਥੇ ਹੈਂ ਮੁੰਡੇ ਦਾ ਫੋਨ ਆਉਂਦਾ ਸੀ ਕਾਲਜੋਂ ਅੱਛਾ ਉਹ ਡੇ ਗੁੱਸਾ ਕਰਨ ਵੀ ਤੂੰ ਇਹ ਦੱਸਿਆ ਨਹੀਂ ਸਾਨੂੰ ਠਾਕਾ ਲੱਗਾ ਵਾ ਅਤੇ ਉਹਨਾਂ ਨੇ ਗੁੱਸਾ ਕਰਨਾ ਤੂੰ ਸੱਦ ਲੈਂਦਾ ਉਹਨਾਂ ਨੂੰ ਉਹ ਸੱਦਣਾ ਕੀ ਸੀ ਹੈਂ ਡੈਡੀ ਨੇ ਤਾਂ ਕਿਹਾ ਸੀਗਾ ਵੀ ਸਿੰਪਲ ਸਿੰਪਲ ਸਾਰਾ ਪ੍ਰੋਗਰਾਮ ਕਰਨਾ ਵਾ ਅਤੇ ਫਿਰ ਮੈਂ ਬਹੁਤਿਆਂ ਨੂੰ ਕਿਹਾ ਹੀ ਨਹੀਂ ਉਹ ਤੋਂ ਘਰ ਲੈ ਆਉਂਦਾ ਯਾਰ ਚਾਹ ਪਾਣੀ ਪੀ ਲੈਂਦੀ ਬਾਅਦ 'ਚ ਕਹਿ ਲਾਂਗੇ ਕਿਸੇ ਦਿਨ ਅੱਛਾ ਅੱਛਾ ਹਾਂ ਇੱਕ ਯਾਰ ਮਨ 'ਚ ਹੋਰ ਭਾਜੀ ਗੱਲ ਆਉਂਦੀ ਸੀਗੀ ਕੀ ਗੱਲ ਹੋਈ ਆ ਠਾਕਾ ਵੀ ਵਧੀਆ ਵਧੀਆ ਪੈ ਗਿਆ ਹੈਂ ਸਾਰੇ ਕੰਮ ਵਧੀਆ ਹੋ ਗਏ ਆਹੋ ਪਰ ਕੁੜੀ ਨਾਲ ਤਾਂ ਮੇਰੀ ਗੱਲ ਹੋਈ ਨਹੀਂ ਮੇਰੀ ਗੱਲ ਸੁਣ ਗੂੰਗੇ ਬੰਦੇ ਨਾਲ ਜਿਹੜੀ ਗੱਲ ਕਰਨੀ ਆ ਨਾ ਸਭ ਤੋਂ ਵੱਡੀ ਗਲਤੀ ਆ ਗਲਤੀ ਤਾਂ ਹੈਗੀ ਆ ਮੈਨੂੰ ਪਤਾ ਉਹ ਨਹੀਂ ਬੋਲਦੀ ਆਹੋ ਪਰ ਚਲੋ ਇਸ਼ਾਰਿਆਂ 'ਚ ਕੁਛ ਦੱਸਦੀ ਉਹ ਪਰ ਨਹੀਂ ਬੰਦਾ ਚੰਗਾ ਨਹੀਂ ਲੱਗਦਾ ਇੱਦਾਂ ਤੇਰੇ ਮਨ 'ਚ ਇੱਦਾਂ ਦਾ ਖਿਆਲ ਕਿੱਦਾਂ ਆਉਂਦਾ ਵੀ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਉਹ ਯਾਰ ਚਲੋ ਥੋੜ੍ਹਾ ਬਹੁਤਾ ਪਤਾ ਲੱਗਦਾ ਕਿੱਦਾਂ ਦਾ ਸੁਭਾਅ ਵਾ ਕੀ ਗੱਲਬਾਤ ਵਾ ਕੋਈ ਉਹ ਤਾਂ ਤੇਰੀ ਗੱਲ ਠੀਕ ਆ ਪਰ ਬੰਦਾ ਬੁਰਾ ਲੱਗਦਾ ਵਾ ਇੱਦਾਂ ਠੀਕ ਹੈ ਨਾ ਹੁਣ ਡੈਡੀ ਦੀ ਵੀ ਕੋਈ ਇੱਜ਼ਤ ਵਾ ਉੱਥੇ ਉਹ ਇੱਜ਼ਤ ਤਾਂ ਹੈਗੀ ਮੈਂ ਕਿਹੜਾ ਕਹਿਣਾ ਮੈਂ ਇੱਥੇ ਰੋਲਣੀ ਆ ਮੈਂ ਸਿਰਫ ਇਹ ਕਹਿਣ ਡਿਆ ਵਾਂ ਚੱਲ ਥੋੜ੍ਹੀ ਬਹੁਤੀ ਗੱਲ ਹੋ ਜਾਂਦੀ ਘੜੀ ਲਾਗੇ ਆ ਜਾਂਦੇ ਅਤੇ ਚੱਲ ਕੋਈ ਪਤਾ ਲੱਗਦਾ ਵੀ ਸੁਭਾਅ ਕਿੱਦਾਂ ਦਾ ਵਾ
उस सुभा तेरी गल ठीक है पर मैं नहीं भरा जाना कि जे तू गया मेरा तो इरादा वा हाँ कि जी आप जाके एक मिल के आईए कुड़ी कितने मिल जाना कॉलेज चल जाने वो नहीं भरा कॉलेज नहीं जाना जे उन्हों का कोई पिंड पढ़ता हुआ उत्थे तो वह की सोचूगा है यार मैं हैगा कि 1990 सन का जी पुराने समय से मेरा विह करना तीन ना कोई गलबात ना को उदा ही विह करते लगे तो यार चाहे डैडी ने एक बार गल कर ला जे डैडी हाँ कर देंगे तो जिथे कहेंगे भरा मैं चल जूंगा फिर चलोगे मैं चल जूंगा चलो फिर गल करके अपने डैडी कर ला इतना मैं ना एक गल होर कह रहा हाँ कि डैडी ने माड़ी जी तुम आप गल कर लोगे ओ भरावा मैं नहीं डैडी को कहना डैडी ने मैनू गल पै ना मुड़के तुम इदा करो शुरू कर दौ बाकी मैं कर लूँगा माड़ी जी कर लोगे कि नहीं चल आ जा मैं करना करो गल माड़ी जी कर डैडी जी बैठे जी गल करनी जो बने एक दस जो बन दसो तीन आप आप ही दस दें डैडी गल की कर दी गल मैं करनी हैगी मैं चलो काम तो सारे वधिया हो गए कल तो जे मैं एक बार गल हो जी कुड़ी ना तो वधिया नहीं गा कुड़ी ना गल कारी गल करनी डैडी गल कदी करनी है मैं सिर्फ ये कह रहा है चलो एक बार सुभा पता लग जाता कुड़ी का है ना चलो बोलती तो नहीं कोशिश आ रहा दस दें मैनू ਤਾਂ ਕਰਕੇ ਤਾਂ ਵੀ ਲਵਲੀ ਵੀਰ ਨਾਲ ਡਿਆ ਸੀ ਗੱਲ ਕਰਨਾ ਹੈ ਨਾ ਭਾਅ ਜੀ ਗੱਲ ਤਾਂ ਡੈਡੀ ਕਰਨ ਡਿਆ ਸੀ ਪਰ ਮੈਂ ਇਹਨੂੰ ਹਾਂ ਨਹੀਂ ਜੇ ਕੀਤੀ ਜਿੰਨਾ ਚਿਰ ਤੁਸੀਂ ਨਾ ਕਹੋਗੇ ਉਹ ਗੱਲ ਤਾਂ ਲਵਲੀ ਵੀ ਠੀਕ ਕਹਿੰਦਾ ਯਾਰ ਗੱਲ ਤੁਸੀਂ ਕਾਹਦੀ ਕਰਨੀ ਜਾ ਕੇ ਉਹਦੇ ਨਾਲ ਬੋਲ ਸਕਦੀ ਨਹੀਂ ਆ ਜੇ ਉਹ ਆਪਣੇ ਵੇਖ ਦਿਮਾਗ 'ਤੇ ਕੋਈ ਲੋਡ ਲੱਗੀ ਤਾਂ ਫਿਰ ਠੀਕ ਹੈ ਨਾ ਇਸ਼ਾਰੇ ਤੂੰ ਸਮਝ ਲਾਏਗਾ ਉਹਦੇ ਤਾਂ ਨਾਲੇ ਰਾਹ ਗਲੀ ਮਿਲਦੇ ਚੰਗੇ ਨਹੀਂ ਲੱਗੀਦਾ ਉੱਥੇ ਪੜ੍ਹਨ ਜਾਂਦੇ ਆ ਉਹ ਵਿਚਾਰੀ ਨੂੰ ਕੋਈ ਗੱਲ ਕਰੂਗਾ ਮੁੜ ਕੇ ਕੋਈ ਕੱਲ੍ਹ ਦਾ ਪ੍ਰੋਫੈਸਰ ਉਹਨੂੰ ਪਰੇਸ਼ਾਨ ਕਰੇ ਵੀ ਤੂੰ ਕਿਉਂ ਇੱਦਾਂ ਮੁੰਡਿਆਂ ਨਾਲ ਮਿਲਦੀ ਆ ਠੀਕ ਹੈ ਨਾ ਚਲੋ ਠੀਕ ਆ ਜਿੱਦਾਂ ਕਰਨਾ ਕਰ ਲਓ ਅੱਗੇ ਵੀ ਤੁਸੀਂ ਮਰਜ਼ੀ ਕੀਤੀ ਡੈਡੀ ਜੀ ਵੇਖ ਲਓ ਗੁੱਸਾ ਕਰਕੇ ਚੱਲ ਗਿਆ ਜੀ ਉਹ ਵੇਖ ਲਵਲੀ ਉੱਥੇ ਹਾਲਾਤ ਹੀ ਹੁਣ ਇੱਦਾਂ ਦੇ ਆ ਹਾਂਜੀ ਮੈਨੂੰ ਵੀ ਪਤਾ ਵਾ ਵੀ ਅੱਜ ਕੱਲ੍ਹ ਮਾਹੌਲ ਵੀ ਉੱਦਾਂ ਦਾ ਬਦਲ ਗਿਆ ਵਾ ਜ਼ਮਾਨਾ ਬਦਲ ਗਿਆ ਹਾਂਜੀ ਹਾਂਜੀ ਠੀਕ ਹੈ ਨਾ ਅਤੇ ਬੱਚੇ ਚਾਹੁੰਦੇ ਵੀ ਇੱਕ ਦੂਜੇ ਨਾਲ ਮਿਲ ਕੇ ਗੱਲ ਕਰੀਏ ਹਾਂਜੀ ਉਹਦੀ ਹਾਲਾਤ ਤਾਂ ਵੇਖੋ ਉਹ ਬੋਲ ਵਿਚਾਰੀ ਸਕਦੀ ਡੈਡੀ ਜੀ ਇਹਨੂੰ ਸਮਝਾਉਣ ਡਿਆ ਵਾਂ ਪਰ ਇਹ ਉਹ ਗੱਲ ਤਾਂ ਆਉਣੀ ਨਹੀਂ ਡਿਆ ਚੱਲ ਥੋੜ੍ਹਾ ਸਮਝਾ ਕੋਈ ਗੱਲ ਨਹੀਂ ਥੋੜ੍ਹਾ ਸਮਾਂ ਪਾ ਲਈਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸਮਝਾਉਂਦਾ ਕਰ ਲਾਂਗੇ ਗੱਲ ਕੋਈ ਹਰ ਗੱਲ 'ਤੇ ਆਪਣੀ ਮਰਜ਼ੀ ਹਰ ਗੱਲ 'ਤੇ ਆਪਣੀ ਮਰਜ਼ੀ ਕਰਦੇ ਇੰਨਾ ਨਹੀਂ ਵੀ ਮੈਨੂੰ ਕੋਈ ਪੁੱਛ ਲਈਏ ਚੱਲ ਜੇ ਮੈਂ ਹਾਂ ਕਰ ਹੀ ਦਿੱਤੀ ਸੀ ਉੱਥੇ ਘੱਟੋ ਘੱਟ ਗੱਲ ਕਰਨੀ ਤਾਂ ਮੇਰੀ ਬਣਦੀ ਸੀ ਨਾ ਕੁਛ ਮੈਂ ਦੱਸ ਦਿੰਦਾ ਕੋਈ ਉਹ ਦੱਸ ਦਿੰਦੀ ਮੈਨੂੰ ਪਰ ਨਾ ਇਹ ਤਾਂ ਪਤਾ ਨਹੀਂ ਕਿਹੜੇ ਜ਼ਮਾਨੇ ਦੀਆਂ ਗੱਲਾਂ ਲੈ ਕੇ ਬੈਠੇ ਫਿਰ ਕਹਿਣਾ ਵੀ ਬੋਲਦਾ ਵਾ ਅਤੇ ਫਿਰ ਜੇ ਕੋਈ ਗੱਲ ਕਰ ਦਿਉ ਅਤੇ ਫਿਰ ਜੀ ਇਹ ਸਾਡੇ ਆਖੇ ਨਹੀਂ ਲੱਗਦੇ ਹੈਗੇ ਮੇਰੀ ਗੱਲ ਸੁਣ ਉੱਥੋਂ ਤੂੰ ਉੱਠ ਕੇ ਆ ਗਿਆ ਡੈਡੀ ਗੁੱਸੇ ਹੋਣ ਡਿਆ ਵਾ ਡੈਡੀ ਉੱਠ ਕੇ ਕਿਉਂ ਆਉਣਾ ਭਾਅ ਜੀ ਗੱਲ ਤਾਂ ਮੇਰੀ ਕੋਈ ਮੰਨਣੀ ਨਹੀਂ ਤੁਸੀਂ ਅਤੇ ਫਿਰ ਉੱਠ ਕੇ ਆਉਣਾ ਉੱਥੇ ਹੋਰ ਕੀ ਗੱਲ ਕਰਨੀ ਹੁਣ ਡੈਡੀ ਗੁੱਸੇ ਜੀ ਉਹ ਬੜਾ ਅਤੇ ਮੇਰੀ ਗੱਲ ਸੁਣ ਕੋਈ ਗੱਲ ਨਾ ਕਰੀ ਅਤੇ ਜੇ ਬਾਹਰੋਂ ਕਿਸੇ ਗੱਲ ਦਾ ਪਤਾ ਲੱਗ ਗਿਆ ਨਾ ਤਾਂ ਤੇਰਾ ਮੇਰਾ ਸਾਥ ਕੋਈ ਨਹੀਂ ਆ ਨਹੀਂ ਕਰਦਾ ਆਹ ਆ ਜਾਣਾ ਕਰੂੰ ਫਿਰ ਬੈਠੇ ਜੇ ਹਾਂਜੀ ਪੇਪਰ ਬਣ ਡੇ ਮੈਂ ਵੇਖਣ ਡਈ ਅੰਦਰੋਂ ਹਾਂਜੀ ਵੀ ਬੜੇ ਆਪਣੇ ਲਾਡਲਿਆਂ ਨਾਲ ਸਲਾਹੀ ਪਏ ਕੀ ਗੱਲਾਂ ਕਰਨ ਡੇ ਸੀ ਉਹ ਸਲਾਹ ਕਾਹਦੀ ਕਰਨੀ ਆ ਉਹ ਜੋਬਨ ਜਿੱਦ ਕਰਨ ਡਿਆ ਸੀ ਕਹਿੰਦਾ ਜੋਤ ਨੂੰ ਮਿਲਣਾ ਵਾ ਤਾਂ ਠੀਕ ਕਹਿਣ ਡਿਆ ਉਹ ਫਿਰ ਕੇ ਉਹ ਕਹਿਣ ਤਾਂ ਠੀਕ ਡਿਆ ਵਾ ਮੈਂ ਕਹਿੰਦਾ ਵੀ ਹਾਲਾਤ ਇੱਦਾਂ ਦੇ ਆ ਕੁੜੀ ਦੀ ਕੰਡੀਸ਼ਨ ਤਾਂ ਵੇਖੋ ਪਰ ਮੇਰੀ ਗੱਲ ਸੁਣੋ ਤੁਸੀਂ ਵੀ ਤਾਂ ਮੇਰੀ ਸੁਣਦੇ ਨਹੀਂ ਸੀ ਹੁਣ ਉਹਦੀ ਜ਼ਿੰਦਗੀ ਦਾ ਸਵਾਲ ਆ ਅਸੀਂ ਗੱਲਾਂ ਬਾਤਾਂ ਨਹੀਂ ਕੀਤੀਆਂ ਚਲੋ ਚੱਲ ਗਿਆ ਹੁਣ ਉਹਦੇ ਨਾਲ ਕੋਈ ਗੱਲ ਵੀ ਨਹੀਂ ਕਰ ਸਕਿਆ ਤੇ ਪਰ ਉਹਦੇ ਮਨ ਵਿੱਚ ਤਾਂ ਹੈ ਹੀ ਹੈ ਨਾ ਉਹਦੇ ਵਿੱਚ ਚਾਰ ਰੀਝਾਂ ਨੇ ਠੀਕ ਆ ਪਰ ਥੋੜ੍ਹਾ ਟਾਈਮ ਲੱਗਣਾ ਵਾ ਕੋਈ ਗੱਲ ਨਹੀਂ ਗੱਲਾਂ ਹੀ ਕਰਨੀਆਂ ਪਰ ਤੁਸੀਂ ਨਹੀਂ ਨਾ ਸੁਣਦੇ ਰਹੇ ਮੇਰੀ ਗੱਲ ਇੱਕ ਵੀ ਉਦੋਂ ਮੰਨਦੇ ਨਹੀਂ ਰਹੇ ਉਹ ਸਮਝੀਦਾ ਹੋਇਆ ਹਾਲਾਤਾਂ ਨੂੰ ਠੀਕ ਹੈ ਨਾ ਉਹਦੀ ਕੰਡੀਸ਼ਨ ਵੇਖੋ ਫਿਰ ਬਾਅਦ 'ਚ ਵੇਖਾਂਗੇ ਗੱਲ ਜਦੋਂ ਇਹ ਠੀਕ ਹੋ ਜੂਗੀ ਨਾ ਉਹ ਤਾਂ ਗੱਲਾਂ ਬਾਤਾਂ ਹੀ ਕਰਨੀਆਂ ਵਾ ਪਰਿਵਾਰ 'ਚ ਹੀ ਰਹਿਣਾ ਸਾਡੇ 'ਚ ਠੀਕ ਹੈ ਨਾ ਅਤੇ ਚਲੋ ਫਿਰ ਮੇਰੀ ਗੱਲ ਸੁਣੋ ਇੱਕ ਗੱਲ ਤਾਂ ਮੇਰੀ ਮੰਨ ਲਓ ਜੇ ਉਹ ਚਾਹੁੰਦਾ ਆ ਤਾਂ ਉਹਨੂੰ ਇੱਕ ਵਾਰੀ ਮਿਲ ਲੈਣ ਦਿਉ ਅੱਜ ਕੱਲ੍ਹ ਸਮੇਂ ਦਾ ਸਾਨੂੰ ਬਦਲਣਾ ਚਾਹੀਦਾ ਹੈ ਫਿਰ ਚਲੋ ਵੇਖਦੇ ਹਾਂ ਉੱਧਰ ਵੀ ਉਹਨਾਂ ਨਾ ਉਹ ਤਾਂ ਮੈਂ ਉਹਨਾਂ ਨਾਲ ਗੱਲ ਕਰੂੰਗਾ ਸੁਖਜਿੰਦਰ ਹੋਣਾ ਨਾ ਉਹ ਵੀ ਕਹਿ ਦੇਣਗੇ ਕੁੜੀ ਨੂੰ ਠੀਕ ਹੈ ਨਾ ਫਿਰ ਵੇਖ ਲਾਂਗੇ ਨਾ ਬੋਲੂਗੀ ਘੜੋ ਘੜ ਜੇ ਉਹਨੂੰ ਇਸ਼ਾਰਿਆਂ ਨਾਲ ਕੋਈ ਦੱਸ ਦੂਗੀ ਸਮਝ ਤਾਂ ਆਜੂਗੀ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਹਾਂ ਪਰ ਤੁਸੀਂ ਮੇਰੀ ਸੁਣਦੇ ਨਹੀਂ ਰਹੇ ਕੋਈ ਗੱਲ ਵੀ ਅੱਜ ਤਾਂ ਗੱਲ ਇੱਕੋ ਹੀ ਆ ਇਹ ਤਾਂ ਗਾਂਹ ਗਾਂਹ ਬੜੀਆਂ ਗੱਲਾਂ ਹੋਣੀਆਂ ਨੇ ਫਿਰ ਕੀ ਕਰੋਗੇ ਜੇ ਘੜੋ ਘੜ ਉਹਨਾਂ ਨੂੰ ਮਿਲ ਦੋਗੇ ਇੱਕ ਵਾਰੀ
तो वह सारिया ने कोई समझाऊगी जे उन्हें कोई समझ लग जूगी किसी गल की तो भी जिंदगी माड़ी माड़ी सौखी निकल जूगी बाकी तो इलाज करा के वेख ही लेना जो ठीक हो चंगी गल ही चलो वेखते हैं चलो ठीक है करो फिर अपनी मर्जी बैठे हो वो आहो बैठा इतने क्यों की गल हो गई वो गल की होनी है जो बंदे आए जिद करन केड़ी गल ओ कोठे ते डया फोन करन किसे नूं अच्छा। तो मैं उत्थे गया मगर ओदे तो मैनू कहिंदा भी बाकी दे काम हो गए आ सारे वधिया हां जी तो मैं ना कुड़ी नूं मिलना वे मैं कोई गलबात नहीं कीती उहनां जोत नूं ओ आहो तो मैं उहनां गलबात विचारी नाल की करनी है वो तो अगे रब दी मरी है हैं तो जो आवाज आजूगी तो मुड़ के गल्ला बातें ही करनी जो विह हो गया तो उदो बैठा रही भाई लागे पर वो एको अड़ी अड़िया वा भी मैं उन्होंने मिलना ही मिलना तो नहीं फिर की है जो मिलना वा दे मिल दो अजकल तो कोई एडा है ही नहीं है नाले पहला जान पछाण हो जूगी पर नहीं ना रुपिंदर डैडी नहीं ना इस गल समझ दे कहें भी नहीं जाना उ डैडी जी सलाह कर लेनी एक बार डैडी ने सलाह करके आया हूँ मैं अच्छा डैडी कह दिया भी उन्होंने दिल से की बीतूगी बेचारे नाले कुड़ी के दिल से की बीतूगी भी मैनू पहला आया मिलना कोई गलबात ना हो ना नहीं नहीं इवें थोड़ा होंगे आ फिर की आपस में गलबात कर लेंगे वो भी सुभा का पता लग जूगा अपनी जगह सही है जे जोबन मेनू गल दसन दिया तो जोबन भी अपनी जगह सही है मैं घर फसा मैं दसो की करा जे मैं उधर की गल करना वा तो डैडी कहिंदा तू ओदी साइड लैना जे मैं डैडी की गल करना तो कहिंदा ओदी साइड लैना पर वैसे उदा मैं भी सोचन दी हां मिल देना चाहिए वो चलो कोई गल नहीं रहन दिने फिर डैडी यार उन्होंने तो जिंदगी का सवाल आ आपस में मिल जाएंगे कुल मिल जाएंगे पता लग जूगा कि नहीं पर उत्थे जाके करा कि जो बोलती नहीं चलो की कहूगा जाके उ जिदा ये करन दे कि रिश्ते वालों ना ही ना कर देन जे जोन भाजी मिलने वालों डे है कह दसम ला देना ये कदा वा पता नहीं कि डैडी जी का सुभा किदा मेरा इरादा वा मम्मी जी ना गल कर दी ना मेरी गल मान लैनी आ मम्मी जी बैठे हैं हाँ बैठी हैं रविंदर की कर दी बस इदा फोन फोन देख दी वीडियो अच्छा अच्छा ठीक है होर सुना दो बस ठीक है मैं भी बैठी ही फ्री अच्छा अच्छा चल वधिया कीता गलबात करने ते मम्मी तानू पता नहीं है भी घर दे विच की चलन दिया वा की है वो तो मम्मी ओही जोबनवीर वाली गल तानू नहीं पता नहीं ओ कीती सिर्फ आपां ने मेरे नाल भी गल हां जी ते मैं भी हुणे उहनां नाल करके आई हां जोबन कहण डिया भी मैं मिल जाणा आ ते गल ते चलो ओदी भी ठीक लगण डई मैनूं हां जी ते बाकी इह कि पापा तेरे हुण मानते नहीं पहलो मैं तो कह रही भी तुम मिल जान दो हाँ जी है ना फिर गलबात बच्चे अजक करते ही है मम्मी जी जितों तक मेरी सलाह है ना तो मेरा तो इरादा है भी जोबनवीर ना मिलन देना चाहिए आ क्योंकि आपस में कोई गलबात करे उधर उधर का सुभा का पता लगेगा तो है ना सारी लाइफ उन्होंने कटनी है तो फिर औखा होंगे बाद नहीं तो सही कह रही रविंदर वैसे मैं भी तेरी इस गल सहमत हाँ हाँ जी भी बच्चों मिल जान देना चाहिए आ कोई गल नहीं है ना जे मम्मी तुहानूं मैं सलाह दवां एक ते हां किद्दां मिल मैं ते इह टेंशन पई है मम्मी मिलने दा फिर इहो हाल वा हां जे डैडी जी हुण नहीं ना मानदे मम्मी शॉपिंग करन ते जाणा ही आ हां ते मेरा इरादा वा कि जोबनवीर ही साडे नाल चल जाणगे अच्छा ते उत्थे जोत उहनां नूं बुला लांगे आ ते पुत बिल्कुल तेरी सलाह जिहड़ी ना सही आ इदां ही करो क्योंकि इहदे विच फिर डैडी जी नूं पता लगूगा फिर उहनां ने कहणा वी चलो जिहड़ा कपड़ा खरीदण गए ने आहो ते उत्थे जोत नूं बुला लांगे तो चल जड़ी उन्हें आपस में कोई गलबात करनी होगी कि कोई गलत करन दे आ आम हो हुंदा ही है अजकल तुसीं इदां करो दोवें जणे तू तो लवली हाँ जी सलाह करो तो फिर जोबन नूं समझा लो तो जो ही मान जांदा ना तो तुहानूं ये फैसला सही लगदा तुसीं इस तरह ही करो ठीक है मैं अम्मी जी तुहाडे नाल गल करन आई मैं पहला मम्मी नूं पुछ लैणी की आंदे आ फिर मैं इहनां नूं सलाह दऊंगी ठीक ठीक है हाँ जी चल ये ना साडी मावां तीआं च गल हो गई तो वधिया हो गया मैनूं भी कुछ समझ लगणा दुबदा जी पई हाँ भी जे जोबन वाल वेखा तो भी सही है
ਤੇ ਜੇ ਇਹ ਗੱਲ ਕਹਿਣ ਦੇ ਤੇ ਇਹ ਵੀ ਆਪਣੀ ਥਾਂ ਸਹੀ ਨੇ, ਗਲਤ ਤੇ ਇਹ ਵੀ ਨਹੀਂ ਲੱਗਣ ਦੇ। ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ, ਮੈਂ ਸੱਚ ਪੁੱਛ ਟੈਨਸ਼ਨ ਜੀ ਪਈ ਆ। ਚਲੋ ਕੋਈ ਨਹੀਂ, ਹੁਣ ਟੈਨਸ਼ਨ ਦਾ ਹੱਲ ਹੋ ਗਿਆ ਵਾ ਨਾ, ਤੂੰ ਮੇਰੀ ਟੈਨਸ਼ਨ ਹੀ ਦੂਰ ਕਰਦੀ। ਤੇ ਕੋਈ ਨਹੀਂ, ਹੁਣ ਮੈਂ ਇਹਨਾਂ ਨਾਲ ਸਲਾਹ ਕਰ ਲੈਣੀ ਆ। ਹਾਂ, ਤੁਹਾਡੇ ਵੱਲੋਂ ਪੱਕਾ ਆ ਨਾ? ਹਾਂ, ਮੇਰੇ ਵੱਲੋਂ ਪੱਕਾ, ਤੁਸੀਂ ਇੱਦਾਂ ਹੀ ਕਰੋ। ਚਲੋ ਠੀਕ ਆ, ਹੈਂ ਠੀਕ ਆ, ਚਲ ਠੀਕ ਆ, ਹੈਂ। ਨਹੀਂ, ਇੰਨੇ ਪੈਸੇ ਕਿੱਥੇ ਖੜਨੇ ਤੂੰ? ਕਿੰਨੇ ਆਏ, ਕਿੰਨੇ ਆਏ ਜਿਹੜੇ ਕੱਲ ਉਹਨਾਂ ਨੇ ਦਿੱਤੇ ਉਹ ਵਾ, ਤੇ ਇੰਨੇ ਤੂੰ ਕਿੱਥੇ ਲੈ ਕੇ ਚੱਲੀ ਆ? ਕਿਰਾਇਆ ਹੈਗਾ ਨਾ ਤੇਰੇ ਕੋਲ? ਆ ਲੈ ਫੜ, ਤੇ ਦੱਸ ਦੇਣ ਹੁਣ ਮੰਗੀ ਨਾ ਮੇਰੇ ਕੋਲ, ਠੀਕ ਆ ਨਾ? ਤੇ ਜਾ। ਜੋਤ ਪੁੱਤ, ਕਾਲੇ ਤੋਂ ਛੁੱਟੀ ਕਰ ਲੈਣੀ ਸੀ ਅੱਜ, ਕੱਲ ਦੀ ਥੱਕੀ ਥੁੱਕੀ ਆ ਤੂੰ। ਪੇਪਰ ਹੋਣ ਡਿਆ, ਡੇਟ ਸੀਟ ਵਾ, ਚੱਲ ਆ ਰੱਖ ਕੋਲ। ਕੱਲ ਪੁੱਤ ਉਹਨਾਂ ਨੇ ਤੈਨੂੰ ਵਾਧੂ ਪੈਸੇ ਦਿੱਤੇ ਸੀ, ਕਿੰਨੇ ਸੀ? 5,000। ਤੇ ਕਿੱਥੇ ਆ ਉਹ? ਮੰਮੀ ਨੇ ਰੱਖ ਲਿਆ। ਚੱਲ ਮੇਰਾ ਪੁੱਤ ਨਾ, ਤੂੰ ਪੇਪਰ ਦੇ ਕੇ ਆ, ਤੇ ਮੈਂ ਇਹਨੂੰ ਪੁੱਛਦਾ ਵੀ ਕਿੱਥੇ ਉਹਦੇ ਕੋਲ ਲਏ ਪੈਸੇ ਤੂੰ, ਚੰਗਾ? ਰਮਨ ਮੇਰੀ ਗੱਲ ਸੁਣ, ਆਹ ਪੈਸੇ ਕਿੱਥੋਂ ਆਏ ਆ? ਪੈਸੇ ਕਿੱਥੋਂ ਆਉਣੇ ਸੀ? ਜਿਹੜੇ ਉਹਨਾਂ ਨੇ ਕੱਲ ਜੋਤ ਨੂੰ ਦਿੱਤੇ ਉਹ ਪੈਸੇ ਆ। ਤੇ ਤੂੰ ਉਹਦੇ ਕੋਲ ਕਿਉਂ ਲਏ? ਤੂੰ ਉਹਨੇ ਕੀ ਕਰਨੇ ਸੀ? ਚੱਲ ਉਹਦੇ ਦਿੱਤੇ ਸਹੁਰਿਆਂ ਨੇ, ਤੂੰ ਉਹਦੇ ਕੋਲ ਹੀ ਰਹਿ ਦਿੰਦੀ। ਤਾਂ ਕੋਈ ਗੱਲ ਨਹੀਂ, ਕੋਈ ਚੀਜ਼ ਬਣਾ ਦਾਂਗੇ, ਮੈਂ ਖਾ ਤੇ ਨਹੀਂ ਚੱਲੀ ਇਹਨਾਂ ਪੈਸਿਆਂ ਨੂੰ। ਤੂੰ ਕੀ ਬਣਾਉਣਾ ਉਹਦੀ ਚੀਜ਼? ਕੋਈ ਨਹੀਂ ਬਣਾ ਕੇ ਦੇਣੀ ਉਹਨੂੰ, ਇੱਦਾਂ ਤੋਰ ਦੇਣਾ ਵਾ। ਉਹ ਕਹਿੰਦੇ ਅਸੀਂ ਲੈਣਾ ਕੁਛ ਨਹੀਂ ਆ, ਤੇ ਫਿਰ ਬਣਾਉਣਾ ਲਈ ਕੀ ਹੈ ਤੂੰ? ਉਹਨਾਂ ਨੂੰ ਤਾਂ ਨਹੀਂ ਦੇਣਾ, ਕੁੜੀ ਨੂੰ ਤਾਂ ਕੁਛ ਦੇਣਾ ਕਿ ਨਹੀਂ ਦੇਣਾ? ਕੋਈ ਕੰਨਾਂ ਨੂੰ ਪਾਉਣਾ, ਕੋਈ ਗੱਲ ਨੂੰ ਪਾਉਣਾ, ਕੁਛ ਨਹੀਂ ਪਾਉਣਾ। ਤੇ ਚੱਲ ਜਦੋਂ ਲੋੜ ਪਊ ਉਦੋਂ ਲੈ ਲਾਂਗੇ ਉਹਨੂੰ, ਦੇ ਪੈਸੇ ਤੂੰ। ਕਿਉਂ ਦੇਵਾਂ ਉਹਨੂੰ? ਬਾਕੀ ਖਰਚੇ ਘਰੋਂ ਕਰਨ ਦੇ ਨਾ ਉਹਨਾਂ ਦੇ, ਇਹ ਨਹੀਂ ਮਿਲਣੀ ਉਹਨੂੰ। ਤੇ ਘਰੋਂ ਕੀ ਖਰਚਾ ਕੀਤਾ, ਕੀ ਲਾਇਆ ਤੂੰ ਠਾਕੇ ਤੇ? ਠਾਕੇ ਤੇ ਨਹੀਂ ਲਾਇਆ, ਹੋਰ ਉੱਤੇ ਖਰਚਾ ਕੋਈ ਨਹੀਂ ਲੱਗਣ ਡਿਆ। ਫੀਸਾਂ ਉਹਦੀਆਂ, ਵਰਦੀਆਂ ਉਹਦੀਆਂ, ਆਉਣ ਜਾਣ ਦਾ ਖਰਚਾ ਉਹ ਘਰੋਂ ਜਾਣ ਡਿਆ ਨਾ। ਉਹ ਜਾਣ ਤੇ ਡਿਆ ਤੇ ਉਹਨੂੰ ਵਿਚਾਰੀ ਨੂੰ ਸਹਾਰ ਵੇਖ ਗੱਲ ਦਾ। ਆਵੇ ਹੱਥ ਜੋੜੇ ਤੁਹਾਡੇ ਗਲੀ, ਹਰ ਗੱਲ ਤੇ ਨਾ ਸਿਰ ਨਾ ਅੜਾਇਆ ਕਰੋ। ਮੈਂ ਪੈਸੇ ਰੱਖੇ ਆ ਨਾ, ਤਾਂ ਖਾ ਨਹੀਂ ਚੱਲੀ ਇਹਨਾਂ ਪੈਸਿਆਂ ਨੂੰ, ਘਰੇ ਵਰਤੂੰਗੀ ਜਦੋਂ ਲੋੜ ਪਈ। ਲਿਆ ਮੈਂ ਉਹਨੂੰ ਦੇ ਦੂੰਗਾ ਕੁੜੀ ਨੂੰ। ਇਹ ਪੈਸੇ ਨਹੀਂ ਗੇ ਮਿਲਣੇ, ਦੇ ਦੂੰ ਕੁੜੀ ਨੂੰ। ਉਹਦੇ ਨਾਲ ਜਮ੍ਹਾਂ ਕਰਾ ਦਿੰਦੇ ਹਾਂ, ਤੇ ਵਿਚਾਰੀ ਨੂੰ ਅੱਗੇ ਪੈਸਾ ਤਾਂ ਕੋਲ ਕੋਈ ਨਹੀਂ ਉਹਦੇ, ਕਿਤੇ ਲੋੜ ਹੀ ਪੈ ਜਾਂਦੀ ਆ। ਜਦੋਂ ਲੋੜ ਪਊ ਤੁਹਾਨੂੰ ਦੇ ਦੂੰਗੀ, ਜਾਓ ਜਾ ਕੇ ਕੰਮ ਕਰੋ ਆਪਣਾ। ਰਮਨ ਪੈਸੇ ਇੱਧਰ ਫੜਾ ਦੇ, ਜੇ ਉਦਾਂ ਤੈਨੂੰ ਕੋਈ ਖਰਚਾ ਚਾਹੀਦਾ ਵਾ ਤੇ ਉਹ ਤੈਨੂੰ ਮੈਂ ਦੇ ਦਿੰਦਾ, ਇਹ ਪੈਸੇ ਉਹਨੂੰ ਦੇਣੇ ਆ। ਨਾ ਇਹ ਉਹਦੇ ਸਹੁਰਿਆਂ ਨੇ ਦਿੱਤੇ ਆ ਤੇ ਉਹਨੂੰ ਦੇਣੇ ਆ, ਤੇ ਬਾਕੀ ਜਿਹੜੇ ਉੱਤੇ ਖਰਚੇ ਕਰਨ ਡਿਆ ਉਹ ਇਹ ਘਰੋਂ ਕਰਨ ਡਿਆ, ਉਹ ਸਹੁਰੇ ਤੇ ਨਹੀਂ ਦੇ ਕੇ ਜਾਣ ਡਿਆ ਉਹਨੂੰ। ਉਹ ਘਰੋਂ ਕਰਨੇ ਆ, ਤੇ ਜੇ ਉਹ ਨਾ ਮੰਗੀ ਜਾਂਦੀ ਨਾ ਉਹ ਦਿੰਦੇ, ਤੇ ਫਿਰ ਵੀ ਤਾਂ ਅਸੀਂ ਘਰੋਂ ਹੀ ਕਰਨੇ ਸੀ। ਚੰਗਾ ਬਸ, ਮੇਰੀ ਤਾਂ ਗੱਲ ਸੁਣਨੀ ਨਹੀਂ ਹੁੰਦੀ, ਨਾ ਮੰਨਣੀ ਆ, ਆਪਣੀਆਂ ਮਰਜ਼ੀਆਂ ਕਰੋ। ਮੈਂ ਤਾਂ ਹੋਣ ਨਹੀਂ ਦਿੰਦੀ, ਕੋਈ ਗੱਲ ਨਹੀਂ, ਗਾੜੀ ਗਾੜੀ ਵੇਖੋ ਤੁਹਾਡੇ ਨਾਲ ਕੀ ਬਣਦਾ।